ਜਵਾਨ ਜਲਦੀ ਹੀ ਨਰਾਜ਼ ਹੋ ਜਾਂਦੇ ਹਨ ਤੇ ਜਲਦੀ ਹੀ ਨਰਾਜ਼ਗੀ ਭੁੱਲ ਜਾਂਦੇ ਹਨ ਪਰ ਪੰਜਾਹਾਂ ਦੇ ਨੇੜੇ ਗੰਢਾਂ ਪੀਡੀਆਂ ਪੈ ਚੁੱਕੀਆਂ ਹੁੰਦੀਆਂ ਹਨ ਹਰ ਕੋਈ ਆਪਣੀਆਂ ਹੀ ਸਮੱਸਿਆਵਾਂ ਵਿੱਚ ਇਸ ਹੱਦ ਤੱਕ उलझਿਆ ਹੁੰਦਾ ਹੈ ਕਿ ਉਸ ਕੋਲ ਆਪਣੇ ਭੈਣ ਭਰਾਵਾਂ ਦੀ ਮਦਦ ਕਰਨ ਦੀ ਸਮਰੱਥਾ ਤੇ ਸਮਾਂ ਨਹੀਂ ਹੁੰਦਾ ਇਸ ਉਮਰ 'ਚ ਸਰੀਰਕ ਬਲ ਵਾਲੇ ਕੰਮ ਆਪਣੀ ਸੰਤਾਨ ਤੋਂ ਲੈ ਜਾਂਦੇ ਹਨ ਇਸ ਵੇਲੇ ਵਿਅਕਤੀ ਆਪਣੀ ਜਵਾਨੀ ਬਾਰੇ ਸੋਚਦਾ ਹੈ ਕਾਸ਼ ਉਸ ਵੇਲੇ ਅਕਲ ਹੁੰਦੀ ਇਸੇ ਉਮਰ ਬਾਰੇ ਕਿਹਾ ਜਾਂਦਾ ਹੈ ਕਿ ਅੱਖਾਂ 'ਚ ਸੁਪਨੇ ਹੁੰਦੇ ਹਨ ਪਰ ਜੋੜਾਂ 'ਚ ਦਰਦ ਵਧ ਗਿਆ ਹੁੰਦਾ ਜਿੰਨੀ شدت ਨਾਲ ਗੋਡਿਆਂ ਦਾ ਦਰਦ ਸਾਨੂੰ ਆਪਣੇ ਬੁੱਢੇ ਹੋਣ ਦਾ ਗਿਆਨ ਦਿੰਦਾ ਹੈ ਸਰੀਰ ਦੀ ਹਰ ਹੋਰ ਕੋਈ ਤਕਲੀਫ ਨਹੀਂ ਦਿੰਦੀ 50 ਦੇ ਨੇੜੇ ਆਪਣੀ ਮਰ ਗਈ ਸੰਤਾਨ ਨੂੰ ਬਹੁਤ ਯਾਦ ਕੀਤਾ ਜਾਂਦਾ ਕਿਉਂਕਿ ਇਸ ਵੇਲੇ ਉਸ ਮਰੇ ਬੱਚੇ ਦੇ ਹਾਣ ਦੇ ਵਿਅਕਤੀਆਂ ਦੇ ਵਿਆਹ ਹੋ ਰਹੇ ਹੁੰਦੇ ਹਨ ਤੇ ਉੱਪਰਵਾਂ ਚੜ ਰਹੇ ਹੁੰਦੇ ਹਨ ਤੇ ਜਿਨ੍ਹਾਂ ਦੇ ਕੇਵਲ ਧੀਆ ਹੁੰਦੀਆਂ ਹਨ ਉਹ ਇਸ ਉਮਰ 'ਚ ਹਾਰੇ ਹੋਏ ਵਿਅਕਤੀਆਂ ਵਾਂਗ ਵਿਚਰਦੇ ਹਨ ਉਹ ਹੀ ਜਾਣਦੇ ਹਨ ਕਿ ਭਵਿੱਖ ਦੀ ਚਿੰਤਾ ਸੰਬੰਧੀ ਉਹਨਾਂ ਨਾਲ ਕੀ ਬੀਤ ਰਹੀ ਹੈ ਇਸ ਉਮਰ 'ਚ ਮੂਰਖਾਂ ਤੋਂ ਸਿਵਾਏ ਸਾਰੇ ਗੰਭੀਰ ਹੋ ਜਾਂਦੇ ਹਨ ਧੰਨਵਾਦ